ਸਕੂਲਾਂ 'ਚ ਕਾਲਜਾਂ ਵਿੱਚ ਟਰੱਕ ਯੂਨੀਅਨ ਟੈਂਪੂ ਯੂਨੀਅਨ 'ਚ ਜਾ ਕੇ ਅਸੀਂ ਅਵੇਅਰ ਕਰ ਰਹੇ ਹਾਂ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਖਾਸ ਕਰਕੇ ਕਿ ਜੇ ਅੰਡਰੇਜ ਬੱਚਾ ਅਸੀਂ ਸਾਡੇ ਕੋਲ ਕਿਤੇ ਫੜਿਆ ਜਾਂਦਾ ਅਸੀਂ ਨਾਕਾਬੰਦੀ ਕਰਦੇ ਹਾਂ ਕਿ ਉਹਨਾਂ ਦੇ ਪੇਰੈਂਟਸ 'ਤੇ ਵੀ ਜੁਰਮਾਨਾ ਪਲੱਸ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਡੀਐਸਪੀ ਸਰ ਆਏ ਅੱਜ ਸਾਡੇ ਸਕੂਲ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ ਬਹੁਤ ਸਾਰੀ ਹੋਰ ਗੱਲਾਂ ਵੀ ਦੱਸੀਆਂ ਗਈਆਂ ਕਿ ਕਿਵੇਂ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਨਹੀਂ ਤਾਂ ਬਹੁਤ ਸਾਰੇ ਹਾਦਸੇ ਹੋ ਸਕਦੇ ਆ ਕਿਵੇਂ ਕਿਵੇਂ ਧੁੰਦਾਂ ਦੇ ਟਾਈਮ ਦੇ ਵਿੱਚ ਸਭ ਨੂੰ ਸਪੀਡ ਲਿਮਿਟ ਨਾਲ ਚੱਲਣਾ ਚਾਹੀਦਾ ਅਤੇ ਸਾਰੇ ਹੈਲਮੈਟਸ ਵਗੈਰਾ ਰੱਖਣੇ ਚਾਹੀਦੇ ਨੇ ਡਰਾਈਵਿੰਗ ਲਾਇਸੈਂਸ ਕੋਲ ਰੱਖਣਾ ਚਾਹੀਦਾ ਮਾਨਯੋਗ ਐਸਐਸਪੀ ਸਾਹਿਬ ਖੰਨਾ ਜੀ ਦੇ ਦਿਸ਼ਾ ਨਿਰਦੇਸ਼ ਜਿਸ ਤਰ੍ਹਾਂ ਕਿ ਪੂਰੇ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਸਕੂਲਾਂ 'ਚ ਕਾਲਜਾਂ ਵਿੱਚ ਟਰੱਕ ਯੂਨੀਅਨ ਟੈਂਪੂ ਯੂਨੀਅਨ 'ਚ ਜਾ ਕੇ ਅਸੀਂ ਅਵੇਅਰ ਕਰ ਰਹੇ ਹਾਂ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਬੱਚਿਆਂ ਨੂੰ ਹੁਣੇ ਤੁਸੀਂ ਦੇਖਿਆ ਕਿ ਉਹਨਾਂ ਨੂੰ ਬਹੁਤ ਹੀ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਕਿ ਹਰੇਕ ਡਾਕੂਮੈਂਟ ਦੀ ਆਪਣੀ ਅਹਿਮੀਅਤ ਹੈ ਜਿਸ ਤਰ੍ਹਾਂ ਕਿ ਇੰਸ਼ੋਰੈਂਸ ਨਹੀਂ ਕਰਵਾਈ ਕੋਈ ਹਾਦਸਾ ਹੋ ਗਿਆ ਤਾਂ ਆਪਣੇ ਕੋਲੋਂ ਪੈਸੇ ਪੇ ਕਰਨੇ ਪੈਣਗੇ ਨਹੀਂ ਤਾਂ ਇੰਸ਼ੋਰੈਂਸ ਪੇ ਕਰੇਗੀ ਇੰਸ਼ੋਰੈਂਸ ਤਾਂ ਹੀ ਪੇ ਕਰੇਗੀ ਜੇ ਡਰਾਈਵਿੰਗ ਲਾਇਸੈਂਸ ਹੈ ਓਵਰ ਸਪੀਡ ਗੱਡੀ ਨਹੀਂ ਚਲਾਉਣੀ ਚਾਹੀਦੀ ਡਰਾਈਵਿੰਗ ਕਰਦੇ ਸਮੇਂ ਜਿਵੇਂ ਕਿ ਮੋਬਾਈਲ ਫੋਨ ਦੀ ਲੋਕ ਵਰਤੋਂ ਕਰਦੇ ਆ ਉਸ ਦੇ ਨਾਲ ਵੀ ਬਹੁਤ ਸਾਰੇ ਹਾਦਸੇ ਹੁੰਦੇ ਆ ਸੋ ਇਹ ਅਸੀਂ ਸਪੈਸ਼ਲ ਜਿਹੜੀ ਇਹ ਮੁਹਿੰਮ ਚਲਾਈ ਹੋਈ ਆ ਇਹ ਇਸੇ ਤਰ੍ਹਾਂ ਜਾਰੀ ਰਹੇਗੀ ਔਰ ਮੈਂ ਅਪੀਲ ਕਰਦਾ ਕਿ ਜਿਸ ਤਰ੍ਹਾਂ ਧੁੰਦਾਂ ਦੇ ਦਿਨ ਹੈ ਸ਼ਹੀਦੀ ਜੋੜ ਮੇਲ ਵੀ ਚੱਲ ਰਿਹਾ ਔਰ ਜਿੰਨੇ ਵੀ ਪਿੰਡਾਂ ਦੇ ਵਿੱਚ ਲੋਕ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਜਿੰਨੇ ਵੀ ਰੇੜੇ ਟਰੈਲੀਆਂ ਉਹਨਾਂ ਨੂੰ ਰਿਫਲੈਕਟਰ ਲਗਾਉਣੇ ਬੜੇ ਜ਼ਰੂਰੀ ਆ ਰਿਫਲੈਕਟਰ ਲਗਾਉਣੇ ਚਾਹੀਦੇ ਆ ਔਰ ਸੰਗਤ ਨੂੰ ਬੇਨਤੀ ਵੀ ਕਰਦਾ ਕਿ ਧੁੰਦ ਦੇ ਦਿਨਾਂ ਵਿੱਚ ਜੇ ਰਾਤ ਨੂੰ ਬਹੁਤ ਸਾਰੀ ਧੁੰਦ ਪਈ ਹੈ ਤਾਂ ਉਹਨਾਂ ਨੂੰ ਨਹੀਂ ਚੱਲਣਾ ਚਾਹੀਦਾ ਸਵੇਰ ਦਿਨ ਦੇ ਟਾਈਮ ਹੀ ਆਉਣਾ ਚਾਹੀਦਾ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ ਸਰ ਜਿੱਦਾਂ ਕਿ ਅਕਸਰ ਦੇਖਿਆ ਜਾਂਦਾ ਕਿ ਸਕੂਲੀ ਬੱਚੇ ਜਦੋਂ ਜਾਂਦੇ ਨੇ ਛੁੱਟੀ ਟਾਈਮ ਜਾਂ ਉਸ ਤੋਂ ਪਹਿਲਾਂ ਤਿੰਨ ਤਿੰਨ ਬੱਚੇ ਕਈ ਵੀ ਇਕੱਠੇ ਵੀ ਜਾਂਦੇ ਵਿਦਾਊਟ ਲਾਇਸੈਂਸ ਵੀ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਤੁਹਾਡੀ ਕੀ ਅਪੀਲ ਹੋਊਗੀ ਦੇਖੋ ਹੁਣੇ ਮੈਂ ਬੱਚਿਆਂ ਨੂੰ ਇਹਦੇ ਬਾਰੇ ਵੀ ਅਵੇਅਰ ਕੀਤਾ ਕਿ ਵਹੀਕਲ ਐਕਟ ਦੇ ਮੁਤਾਬਕ ਜੋ ਵੀ ਬਣਦੀ ਕਾਰਵਾਈ ਉਹ ਤੁਹਾਡੇ 'ਤੇ ਕੀਤੀ ਜਾਊਗੀ ਔਰ ਖਾਸ ਕਰਕੇ ਕਿ ਜੇ ਅੰਡਰੇਜ ਬੱਚਾ ਅਸੀਂ ਸਾਡੇ ਕੋਲ ਕਿਤੇ ਫੜਿਆ ਜਾਂਦਾ ਅਸੀਂ ਨਾਕਾਬੰਦੀ ਕਰਦੇ ਹਾਂ ਕਿ ਉਹਨਾਂ ਦੇ ਪੇਰੈਂਟਸ 'ਤੇ ਵੀ ਜੁਰਮਾਨਾ ਪਲੱਸ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਸੋ ਬੁਲਟ ਮੋਟਰਸਾਈਕਲਾਂ ਬਾਰੇ ਵੀ ਤੁਸੀਂ ਦੇਖਿਆ ਕਿ ਮੈਂ ਇਹਨਾਂ ਬੱਚਿਆਂ ਨੂੰ ਦੱਸਿਆ ਕਿ ਇਹਦੇ ਕਿੰਨੇ ਨੁਕਸਾਨ ਹੁੰਦੇ ਆ ਔਰ ਲੋਕਾਂ ਦੀ ਜਾਨ ਜਾ ਸਕਦੀ ਆ ਇਸ ਕਰਕੇ ਸਾਡੇ ਕੋਲ ਕੋਈ ਵੀ ਪਾਇਆ ਜਾਏਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਔਰ ਸਾਡੇ ਜਿਹੜੇ ਮੁਲਾਜ਼ਮ ਆ ਲਗਾਤਾਰ ਨਾਕਾਬੰਦੀ ਕਰਕੇ ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਦੇ ਚਲਾਨ ਭਰੇ ਜਾਂਦੇ ਆ ਔਰ ਘਰ ਵਿੱਚ ਕੀ ਨਾਮ ਤਾਨੀਆ ਤਾਨੀਆ ਤੁਹਾਡੇ ਸਕੂਲ ਦੇ ਵਿੱਚ ਟ੍ਰੈਫਿਕ ਸੰਬੰਧੀ ਸੈਮੀਨਾਰ ਲਗਾਇਆ ਗਿਆ ਕੀ ਕਹਿਣਾ ਅੱਜ ਸਾਨੂੰ ਬਹੁਤ ਅੱਛਾ ਲੱਗਿਆ ਡੀਐਸਪੀ ਸਰ ਆਏ ਅੱਜ ਸਾਡੇ ਸਕੂਲ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ ਬਹੁਤ ਸਾਰੀ ਹੋਰ ਗੱਲਾਂ ਵੀ ਦੱਸੀਆਂ ਗਈਆਂ ਕਿ ਕਿਵੇਂ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਨਹੀਂ ਤਾਂ ਬਹੁਤ ਸਾਰੇ ਹਾਦਸੇ ਹੋ ਸਕਦੇ ਆ ਸਾਨੂੰ ਸਰ ਨੇ ਦੱਸਿਆ ਜਿਵੇਂ ਕਈ ਉਦਾਹਰਨਾਂ ਵੀ ਦਿੱਤੀਆਂ ਕਿ ਕਿਵੇਂ ਐਕਸੀਡੈਂਟ ਹੋਏ ਨੇ ਅੱਜ ਕੱਲ੍ਹ ਦੇ ਬੱਚੇ ਜਿਵੇਂ ਚਲਾਉਂਦੇ ਨੇ ਉਵੇਂ ਹੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਸਰ ਨੇ ਸਾਨੂੰ ਹੋਰ ਵੀ ਕਈ ਦੱਸੀਆਂ ਸਕੀਮਾਂ ਜੇ ਮਤਲਬ ਕੋਈ ਮਰ ਜਾਂਦਾ ਗਲਤੀ ਨਾਲ ਕਿਸੇ ਕਰਕੇ ਤਾਂ ਸਾਨੂੰ ਇੰਸ਼ੋਰੈਂਸ ਵਗੈਰਾ ਬਹੁਤ ਕੁਛ ਮਿਲਦਾ ਬਹੁਤ ਚੰਗਾ ਲੱਗਿਆ ਸਰ ਸਰ ਨੇ ਅੱਜ ਦੱਸਿਆ ਜਸਕਰਨ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਸਕੂਲ ਦੇ ਵਿੱਚ ਅਜੇ ਟ੍ਰੈਫਿਕ ਸੰਬੰਧੀ ਜਿਹੜਾ ਸੈਮੀਨਾਰ ਲਗਾਇਆ ਗਿਆ ਅੱਜ ਸਰ ਸਾਡੇ ਡੀਐਸਪੀ ਸਰ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਕਿਵੇਂ ਕਿਵੇਂ ਸਭ ਕਰਨਾ ਚਾਹੀਦਾ ਕਿਵੇਂ ਕਿਵੇਂ ਟ੍ਰੈਫਿਕ ਰੂਲਸ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਕੋਈ ਵੀ ਓਵਰ ਲਿਮਿਟ ਸਪੀਡ ਨਹੀਂ ਕਰਨੀ ਚਾਹੀਦੀ ਹੈਗੀ ਕਿਵੇਂ ਕਿਵੇਂ ਧੁੰਦਾਂ ਦੇ ਟਾਈਮ ਦੇ ਵਿੱਚ ਸਭ ਨੂੰ ਸਪੀਡ ਲਿਮਿਟ ਨਾਲ ਚੱਲਣਾ ਚਾਹੀਦਾ ਅਤੇ ਸਾਰੇ ਹੈਲਮੈਟਸ ਵਗੈਰਾ ਰੱਖਣੇ ਚਾਹੀਦੇ ਨੇ ਡਰਾਈਵਿੰਗ ਲਾਇਸੈਂਸ ਕੋਲ ਰੱਖਣਾ ਚਾਹੀਦਾ ਅੰਡਰ ਓਵਰ ਏਜ ਅੰਡਰ ਏਜ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਜਿੱਦਾਂ ਕਿ ਯੰਗਸਟਰ ਨੇ ਜਾਂ ਸਕੂਲੀ ਬੱਚੇ ਨੇ ਅਕਸਰ ਪਾਈ ਦੇਖਦੇ ਆ ਕਿ ਟ੍ਰਿਪਲਿੰਗ ਕਰਦੇ ਨੇ ਔਰ ਓਵਰ ਸਪੀਡ ਤੇ ਜਾਂਦੇ ਨੇ ਜਾਂ ਬੁਲਟ ਦੇ ਪਟਾਕੇ ਪਾਉਂਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਸਰ ਜਿਵੇਂ ਕਿ ਟ੍ਰਿਪਲਿੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਨਾਲ ਬਹੁਤ ਸਾਰੇ ਹਾਦਸੇ ਐਕਸੀਡੈਂਟ ਹੋ ਜਾਂਦੇ ਨੇ ਬੁਲਟ ਦੇ ਪਟਾਕਿਆਂ ਨੂੰ ਕੀ ਏਜੰਸੀ ਵੱਲੋਂ ਹੀ ਜਿਹੜਾ ਬੁਲਟ ਦਾ ਸਿਲੰਸਰ ਹੈ ਬੰਦ ਕਰ ਦੇਣਾ ਚਾਹੀਦਾ ਅਤੇ ਜਿਹੜੇ ਸ਼ੋਪਸ ਵਾਲੇ ਨੇ ਬਲੈਕ ਕਰਕੇ ਪਾਉਂਦੇ ਨੇ ਉਹ ਨਹੀਂ ਪਾਉਣਾ ਚਾਹੀਦਾ ਓਨਲੀ ਓਰੀਜਨਲ ਸਿਲੰਸਰ ਹੀ ਕਰਨਾ ਚਾਹੀਦਾ ਅਤੇ ਪੁਲਿਸ ਨੂੰ ਬਹੁਤ
ਇਹਦਾ ਚਲਾਨ ਤੇ ਨਾਕਾਬੰਦੀ ਕਰਨੀ ਚਾਹੀਦੀ ਹੈ ਹਰੇਕ ਬੁਲਟ ਵਾਲਿਆਂ ਨੂੰ।